ਇੱਥੇ ਬਣਾ ਰਹੀ ਆ ਆਲੂ ਗੋਭੀ ਦੀ ਸਬਜ਼ੀ ਦੀਆਂ ਪਰੌਂਠੀਆਂ। ਆਲੂ ਗੋਭੀ ਦੀ ਸਬਜ਼ੀ ਬਣਾ ਕੇ ਤੇ ਫਿਰ ਉਹਦੀਆਂ ਪਰੌਂਠੀਆਂ ਬਣਾਓ, ਬਹੁਤ ਟੇਸਟੀ ਬਣਦੀਆਂ ਨੇ। ਇਹ ਥੋੜਾ ਜਿਹਾ ਟੁੱਟਣ ਦਾ ਡਰ ਰਹਿੰਦਾ ਕਿਉਂਕਿ ਵਿੱਚ ਵਿੱਚ ਥੋੜੀ ਥੋੜੀ ਮੋਟੀ ਮੋਟੀ ਗੋਭੀ ਹੁੰਦੀ ਹੈ ਨਾ, ਕਿਉਂਕਿ ਮੈਂ ਬਿਲਕੁਲ ਹੀ ਚੰਗੀ ਤਰ੍ਹਾਂ ਮੈਸ਼ ਨਹੀਂ ਕਰਦੀ ਹੈ, ਥੋੜੇ ਹਲਕਾ ਹਲਕਾ ਹੀ ਮੈਸ਼ ਕਰਦੀ ਹਾਂ, ਫਿਰ ਬਿਲਕੁਲ ਹੀ ਥੋੜੇ ਮੈਸ਼ ਕਰ ਦੋ ਫਿਰ ਉਹ ਟੇਸਟ ਨਹੀਂ ਆਉਂਦਾ ਹੈਗਾ। ਹਲਕਾ ਹਲਕਾ ਮੈਸ਼ ਕਰਕੇ ਨਾ ਆਲੂ ਗੋਭੀ ਸਬਜ਼ੀ ਦੀਆਂ ਪਰੌਂਠੀਆਂ ਬਹੁਤ ਟੇਸਟੀ ਬਣਦੀਆਂ। ਨਾਲ ਲਓ ਤੁਸੀਂ ਦਹੀਂ ਲਓ ਜਾਂ ਚਾਹ ਲਓ, ਮੈਂ ਤਾਂ ਨਾਲ ਚਾਹ ਲੈਂਦੀ ਹਾਂ। ਮੈਂ ਬਣਾਈ ਸੀ ਰਾਤੀ ਜਿਹੜੀ ਆਲੂ ਗੋਭੀ ਦੀ ਸਬਜ਼ੀ ਬਣਾ ਕੇ ਸੁੱਤੀ ਸੀ, ਮੈਂ ਕਿਹਾ ਸਵੇਰੇ ਮੈਂ ਆਲੂ ਗੋਭੀ ਦੀ ਸਬਜ਼ੀ ਵਾਲੀਆਂ ਹੀ ਪਰੌਂਠੀਆਂ ਖਾਣੀਆਂ ਵਾ, ਕਿਉਂਕਿ ਦੂਸਰੀ ਗੋਭੀ ਜਿਹੜੀ ਹੁੰਦੀ ਆ ਸਿਰਫ ਉਹਦੀ ਤਾਂ ਕੱਚੀ ਗੋਭੀ ਦੀ ਤਾਂ ਉਹ ਖਾਂਦੇ ਹੀ ਰਹਿੰਦੇ ਹਾਂ, ਮੇਰਾ ਮਨ ਕਰਦਾ ਸੀ ਇਸ ਕਰਕੇ ਰਾਤੀ ਜਿਹੜੀ ਫਿਰ ਮੈਂ ਆਲੂ ਗੋਭੀ ਬਣਾਈ, ਮੈਂ ਕਿਹਾ ਸਵੇਰੇ ਇਹ ਪਰੌਂਠੀਆਂ ਵਿੱਚ ਪਏਗੀ, ਇਹ ਮੈਂ ਰਾਤੀ ਬਣਾਈ ਸੀ ਆਲੂ ਗੋਭੀ ਦੀ ਸਬਜ਼ੀ ਸਪੈਸ਼ਲ ਪਰੌਂਠੀਆਂ ਕਰਕੇ, ਇਹਦੇ ਪਰੌਂਠੇ ਬਣਾਉਣੇ ਆ। गुड मॉर्निंग गाइज, वेलकम बैक टू माई चैनल। तो कैसे हो आप, अच्छे होंगे, अच्छे रहना। चलो करते हैं दिन की शुरुआत। स्वीटी के साथ उठ चुकी हैं, शावर वगैरह ले फ्रेश हो गई हैं, तो नाश्ता वगैरह सवेर तक हो चुका है, तो मिलाने तू चिकू दे नाल लाइव च गाव। ਮਿਲੋ ਸਾਡੇ ਚੀਕੂ ਦੇ ਨਾਲ, ਇਹਨੂੰ ਪਤਾ ਲੱਗ ਜਾਂਦਾ ਮੈਂ ਵੀਡੀਓ ਵਗੈਰਾ ਬਣਾਉਂਦੀ ਪਈ ਹਾਂ, ਤਾਂ ਇਹ ਜੱਕ ਆਪਣਾ ਮੂੰਹ ਸਵਾਰ ਕੇ ਬੈਠ ਜਾਂਦਾ। ਉਹ ਬੋਲੂ ਹਾਂਜੀ, ਨਾਸ਼ਤਾ ਵਗੈਰਾ ਹੋ ਚੁੱਕਾ ਹੈ, ਤਾਂ ਸਵੇਰੇ ਹੁਣ ਕੀ ਬਣਾਉਂਦੇ ਆ ਕੀ ਖਾਂਦੇ, ਇਹੀ ਆ ਕਿਚਨ 'ਤੇ ਚੱਲਦੇ ਹਾਂ। ਕੱਲ ਵੀਡੀਓ ਮੈਂ ਬਣਾਈ ਨਹੀਂ ਕੋਈ, ਕੱਲ ਸੀ ਟਿੱਕਾ, ਤੇ ਬਸ ਕੱਲ ਬਾਹਰ ਥੋੜੇ ਜਿਹੇ ਘੁੰਮਣ ਚਲੇ ਗਏ। ਕੱਲ ਮੈਂ ਬਿਲਕੁਲ ਹੀ ਨਹੀਂ ਫੋਨ ਨੂੰ ਸਕਦਾ ਹੱਥ ਲਗਾ ਸਕੀ, ਥੋੜੇ ਉੱਠ ਕੇ ਬਸ ਟਿੱਕਾ ਵਗੈਰਾ ਕਰਨਾ ਸੀ, ਟਿੱਕਾ ਵਗੈਰਾ ਕਰਕੇ ਫਿਰ ਥੋੜ੍ਹੇ ਜਿਹਾ ਬਾਹਰ ਘੁੰਮਣ ਚਲੇ ਗਏ, ਵੀਡੀਓ ਬਣਾ ਹੀ ਨਹੀਂ ਸਕੀ, ਕੱਲ੍ਹ ਦੀ ਟਿੱਕੇ ਦੀ ਵੀਡੀਓ ਨਿਕਲ ਗਈ। ਅਤੇ ਚਲੋ ਅੱਜ ਕੀ ਬਣਾਉਣੇ ਕੀ ਖਾਂਦੇ ਹਾਂ, ਕਈ ਕਈ ਵਾਰੀ ਮੇਰੀ ਵੀਡੀਓ ਹੋ ਵੀ ਜਾਂਦੀ ਹੈ, ਕਈ ਵਾਰੀ ਕਿਸੇ ਦਿਨ ਬਣਾਉਣ ਨੂੰ ਦਿਲ ਵੀ ਨਹੀਂ ਕਰਦਾ ਹੁੰਦਾ, ਕਈ ਵਾਰੀ ਦਿਮਾਗ ਵਿੱਚੋਂ ਨਿਕਲ ਜਾਂਦਾ, ਫਿਰ ਮੈਂ ਕਹਿੰਦੀ ਹੁਣ ਸਾਰਾ ਦਿਨ ਤਾਂ ਨਿਕਲ ਗਿਆ, ਹੁਣ ਕੀ ਵੀਡੀਓ ਬਣਾਉਣੀ ਆ। ਮੈਗੀ ਆ ਗਈ, ਮੈਗੀ ਲੱਗੀ ਹੈ ਚੀਕੂ ਦੇ ਨਾਲ, ਛੇੜਖਾਨੀ ਕਰਨ ਕਿਚਨ 'ਚ ਚੱਲਦੇ ਹਾਂ। ਇੱਥੇ ਮੈਂ ਰੱਖਿਆ ਹੈ ਥੋੜ੍ਹਾ ਜਿਹਾ ਲਸਣ ਛਿੱਲਣ ਵਾਸਤੇ, ਮੈਂ ਪਤਾ ਕਰਦੀ ਹੁੰਦੀ ਹਾਂ, ਮੈਂ ਕਰਦੀ ਹੁੰਦੀ ਹਾਂ ਕਿ ਲਸਣ ਛਿੱਲ ਕੇ ਨਾ ਫਿਰ ਮੈਂ ਡੱਬੀ ਵਿੱਚ ਪਾ ਕੇ, ਸਮ ਟਾਈਮ ਪਰ ਹਮੇਸ਼ਾ ਨਹੀਂ ਪਾ ਕੇ, ਤਾਂ ਫਿਰ ਮੈਂ ਰੱਖ ਲੈਂਦੀ ਹੁੰਦੀ ਹਾਂ ਫਰਿੱਜ ਵਿੱਚ, ਤਾਂ ਕਿ ਜੇ ਸਬਜ਼ੀ ਬਣਾਉਣੀ ਫਿਰ ਬੜਾ ਆਰਾਮ ਰਹਿੰਦਾ ਹੈ। ਛਿੱਲੂੰਗੀ ਹੁਣ ਬਸ 2-4 ਮਿੰਟ ਤੱਕ। ਇੱਕ ਹੋਰ ਚੀਜ਼ ਦਿਖਾਵਾਂ, ਅਚਾਰ ਮੈਂ ਕਿੱਦਾਂ ਪਾ ਕੇ ਰੱਖੇ ਆ। ਅੱਛਾ, ਮੈਂ ਨਿੰਬੂ ਦਾ ਅਚਾਰ ਪਾਇਆ ਸੀ, ਅਤੇ ਨਿੰਬੂ ਦਾ ਅਚਾਰ ਦੇਖਣਾ, ਦਿਖਾਉਂਦੀ ਹਾਂ। ਨੀਵਾਂ ਹੋ ਗਿਆ, ਨੀਚੇ ਨੂੰ ਚਲਾ ਗਿਆ, ਇਹ ਹੈਗੇ ਆ, ਇਹ ਇਹ ਹੈਗਾ ਇਹਨਾਂ ਦਾ ਪਾਪਾ, ਇਹ ਮੰਮੀ, ਇਹ 2 ਬੱਚੇ। ਅਚਾਰਾਂ ਦੀ ਮੈਂ ਪੂਰੀ ਫੈਮਿਲੀ ਬਣਾ ਕੇ ਰੱਖੀ ਆ ਬਸ, ਪਰ 2 ਮਹੀਨੇ ਤੱਕ ਇਹ ਅਚਾਰ ਮਤਲਬ ਸਹੀ ਤਰ੍ਹਾਂ ਹੋਣੇ, ਮਗਰ ਜਿੰਨੇ ਮੈਂ ਪਾਏ ਸੀ ਭਰੇ ਭਰੇ ਪਾਏ ਸੀ, ਕਾਫੀ ਨੀਚੇ ਬੈਠ ਗਏ ਆ,
ਤੇ 2 ਮਹੀਨੇ ਲੱਗ ਜਾਣੇ ਮੈਕਸਿਮਮ ਨਿੰਬੂ ਦੇ ਅਚਾਰ ਤਿਆਰ ਹੋਣ ਨੂੰ। ਤੇ ਹੋਰ ਤਾਂ ਮੈਂ ਇੱਥੇ ਜਿਹੜੇ ਰੱਖੇ ਹੁੰਦੇ ਆ ਸਾਰੇ ਮਾਰਕੀਟ ਵਾਲੇ ਅਚਾਰ ਹੁੰਦੇ ਆ, ਮਾਰਕੀਟ ਵਾਲੇ ਲਿਆ ਲਿਆ ਕੇ ਫਿਰ ਮੈਂ ਇਹਦੇ ਵਿੱਚ ਰੱਖ ਦਿੰਦੀ ਹਾਂ। ਐ ਮੇਰੀ ਗਈ ਸੀ ਮੈਂ ਇੰਡੀਅਨ ਗਰੋਸਰੀ ਸਟੋਰ ਦੇ ਵਿੱਚ ਤੇ ਮੈਂ ਉੱਥੋਂ ਲੈ ਕੇ ਆਈ ਸੀ ਇਹ ਕੀ ਕਹਿੰਦੇ ਹੁੰਦੇ ਨਾ ਔਰੇਂਜ ਵਾਲੀਆਂ ਗੋਲੀਆਂ ਜਿਹੜੀਆਂ ਕਿ ਇੰਡੀਆ ਵਿੱਚ ਬੱਸ ਵਿੱਚ ਮਿਲਦੀਆਂ ਹੁੰਦੀਆਂ, ਸੰਤਰੇ ਦੀਆਂ ਗੋਲੀਆਂ। ਮੈਂ ਕਿਸੇ ਸਾਹਮਣੇ ਮਿੱਟੀ ਹੱਸਦੀ, ਸੰਤਰੇ ਦੀਆਂ ਗੋਲੀਆਂ ਮੈਨੂੰ ਇੰਡੀਅਨ ਸਟੋਰ ਤੇ ਦਿਸੀਆਂ ਤੇ ਮੈਂ ਉਠਾ ਕੇ ਲਿਆਈ। ਬੜਾ ਦਿਲ ਕਰ ਜਾਂਦਾ ਸਮਟਾਈਮ ਮੈਂ ਖਾ ਲੈਂਦੀ ਹੁੰਦੀ ਹਾਂ, ਇੱਦਾਂ ਦੀ ਮੰਨ ਲਓ ਮੈਨੂੰ ਕੋਈ ਗੋਲੇ ਇਮਲੀ ਵਾਲੇ ਗੋਲੇ ਵਗੈਰਾ ਮੈਨੂੰ ਇੰਡੀਅਨ ਸਟੋਰ ਤੇ ਮਿਲਣ ਨਾ ਤੇ ਮੈਂ ਲਿਆਉਂਦੀ ਹੁੰਦੀ, ਬੜੇ ਟੇਸਟੀ ਲੱਗਦੇ ਆ। ਹੋਰ ਤਾਂ ਇਹਦੇ ਵਿੱਚ ਮੈਂ ਇੱਥੇ ਇੱਕ ਐਨੀਸੀਡ ਸੌਂਫ ਰੱਖੀ ਹੁੰਦੀ ਆ, ਸੌਂਫ ਵੀ ਫਿਨਿਸ਼ ਹੋ ਗਈ ਹੈ, ਮੈਂ ਵੱਡੇ ਡੱਬੇ ਵਿੱਚੋਂ ਕੱਟ ਕੇ ਹੁਣ ਇਹਦੇ ਵਿੱਚ ਛੋਟੇ ਵਿੱਚ ਪਾਉਂਗੀ। ਇਹ ਮਿਕਸ ਸੌਂਫ ਹੁੰਦੀ ਜਿਹੜੀ ਮਿੱਠੀ ਵਾਲੀ, ਬਹੁਤ ਟੇਸਟੀ ਹੁੰਦੀ ਆ। ਹੋਰ ਸਾਰੇ ਮੈਂ ਇਹਨਾਂ ਵਿੱਚ ਅਚਾਰ ਵਗੈਰਾ ਰੱਖੇ ਹੁੰਦੇ ਆ, ਇਹ ਸਾਰੇ ਅਚਾਰ ਵਗੈਰਾ। ਮੰਮੀ ਨਹੀਂ ਸੋਰੀ ਪਾਪਾ, ਮੰਮੀ ਦੋ ਬੱਚੇ ਚਿੰਨੂ ਮੈਨੂੰ। ਮੈਂ ਕਰਨ ਲੱਗੀ ਕਿਚਨ ਸਾਫ ਤੇ ਜਿਸ ਤਰ੍ਹਾਂ ਕਿ ਡੇਲੀ ਰੂਟੀਨ 'ਚ ਕਰਦੀ ਹੁੰਦੀ ਹਾਂ। ਨਾਸ਼ਤਾ ਕਰ ਲਿਆ ਸੀ, ਨਾਸ਼ਤਾ ਨੁਸ਼ਤਾ ਕਰਕੇ ਫਿਰ ਬਸ ਹਲਕਾ ਫੁਲਕਾ ਹੋਇਆ, ਇੱਦਾਂ ਮੈਂ ਬਰਤਨ ਬੁਰਤਨ ਵੀ ਰੱਖ ਦਿੱਤੇ ਤੇ ਆਲਸ ਪੈ ਗਿਆ ਤੇ ਮੈਂ ਤਾਂ ਬਾਅਦ ਵਿੱਚ ਹੀ ਹੁਣ ਮੈਂ ਚੁੱਲ੍ਹਾ ਸਾਫ਼ ਕਰਦੀ ਹਾਂ, ਆਪਣਾ ਨਾਸ਼ਤਾ ਨੁਸ਼ਤਾ ਕਰਕੇ ਫਿਰ ਬਸ ਟੀ ਵੀ ਅੱਗੇ ਬੈਠ ਕੇ ਗੱਪਾਂ ਗੁੱਪਾਂ ਮਾਰ ਲਈਆਂ ਤੇ ਮੈਂ ਹੁਣ ਮੈਂ ਚੁੱਲ੍ਹਾ ਸਾਫ਼ ਕਰਕੇ ਫਿਰ ਦੇਖਦੀ ਹਾਂ ਕੀ ਬਣਾਉਣਾ ਅੱਜ। ਮੈਨੂੰ ਮੈਗੀ ਵੀ ਕਹਿੰਦੀ ਹੁੰਦੀ ਮੰਮੀ ਆਪ ਬਣਾ ਦੇਣਾ, ਕਿਚਨ ਮੈਂ ਨਿਕਲਦਾ ਹੈ ਮੇਰਾ ਹੁੰਦਾ ਵੀ ਇੱਦਾਂ ਹੀ ਆ। ਥੋੜਾ ਜਿਹਾ ਜਿਸ ਤਰ੍ਹਾਂ ਡੇਲੀ ਰੂਟੀਨ ਦੇ ਵਿੱਚ ਇੱਧਰ ਆਪਾਂ ਮਾੜਾ ਮੋਟਾ ਬਾਹਰ ਚਲੇ ਜਾਂਦੇ ਚੀਕੂ ਨਾਲ ਲੈ ਕੇ, ਹੁਣ ਥੋੜਾ ਜਿਹਾ ਘੱਟ ਹੋ ਜਾਣਾ ਕਿਉਂਕਿ ਹੁਣ ਠੰਡ ਹੋਣ ਲੱਗ ਗਈ ਆ ਬਾਹਰ ਤੇ ਇੱਥੇ ਦੀ ਠੰਡ ਕੋਈ ਛੋਟੀ ਮੋਟੀ ਠੰਡ ਨਹੀਂ ਹੁੰਦੀ ਹੈਗੀ, ਇੱਥੇ ਠੰਡ ਬਹੁਤ ਜ਼ਿਆਦਾ ਹੁੰਦੀ ਆ। ਐ ਵਾਲਾ ਜਿਹੜਾ ਚੁੱਲ੍ਹਾ ਹੈ ਨਾ ਐ ਵਾਲਾ ਲਾਸਟ ਵਾਲਾ, ਇਹ ਤਾਂ ਮੇਰਾ ਬਹੁਤ ਜਲਦੀ ਖਰਾਬ ਹੁੰਦਾ ਰਹਿੰਦਾ, ਕਦੀ ਬੈਂਗਣ ਭੁੰਨ ਲਓ, ਕਦੀ ਕੁਛ ਭੁੰਨ ਲਓ, ਕਦੀ ਕੁਛ ਭੁੰਨ ਲਓ। ਕਿਉਂਕਿ ਜ਼ਿਆਦਾ ਮੇਰੀ ਸਬਜ਼ੀ ਵਗੈਰਾ ਵਾਲਾ ਕੰਮ ਨਾ ਐ ਵਾਲੇ ਚੁੱਲ੍ਹੇ 'ਤੇ ਹੁੰਦੀ ਆ, ਪਿੱਛੇ ਵਾਲੇ 'ਤੇ ਇੱਥੇ ਛਿੱਟੇ ਵਗੈਰਾ ਸਾਰਾ ਕੁਛ ਪੈਂਦਾ ਰਹਿੰਦਾ। ਇੱਕ ਵਾਈਟ ਆ ਨਾ, ਵਾਈਟ ਇਹ ਮੇਰੇ ਕੋਲ ਸਾਫ਼ ਨਹੀਂ ਹੁੰਦਾ, ਮੈਂ ਪਿੱਛੋਂ ਕਰਦੀ ਕੀ ਹੋ ਗਿਆ, ਪਿੱਛੋਂ ਕਾਲ ਵਗੈਰਾ ਆ ਰਹੀ, ਬਾਅਦ ਵਿੱਚ ਰਿਸੀਵ ਕਰੂੰਗੀ, ਕਿਸੇ ਨੇ ਕਾਲ ਆ ਰਹੀ ਸੀ। ਅੱਛਾ ਮੈਂ ਕੀ ਕਹਿ ਰਹੀ ਸੀ, ਹਾਂ ਇਹ ਵਾਲਾ ਮੇਰੇ ਕੋਲ ਨਾ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ, ਮੈਂ ਫਿਰ ਪੂਰਾ ਟਾਈਮ ਲਗਾ ਕੇ ਇਹਦੇ ਉੱਤੇ ਨਾ ਸਬਜ਼ੀ ਵਗੈਰਾ ਕਰਕੇ ਅਤੇ ਫਿਰ ਮੈਂ ਕਰਦੀ ਹੁੰਦੀ ਹਾਂ। ਅਤੇ ਹੁਣ ਇਸ ਟਾਈਮ ਤਾਂ ਨੋਰਮਲ ਮੈਂ ਇਸੇ ਤਰ੍ਹਾਂ ਹੀ ਕਰ ਲੈਂਦੀ ਹੁੰਦੀ, ਬਸ ਕਿ ਸਵੇਰੇ ਨਾਸ਼ਤਾ ਬਣਾਇਆ ਅਤੇ ਬਸ ਇੰਨਾ ਕਰ ਲਿਆ ਬਹੁਤ ਹੈ, ਕਿਉਂਕਿ ਇਹ ਨਿਸ਼ਾਨ ਨੂੰ ਮੈਂ ਕਰਦੀ ਰਹਿੰਦੀ ਨਾ ਫਿਰ ਮੈਂ ਕੁਛ ਨਾ ਕੁਛ ਬਣਾਉਂਦੀ ਹਾਂ, ਫਿਰ ਛਿੱਟੇ ਛੁੱਟੇ ਪੈ ਜਾਂਦੇ ਆ। ਇਹ ਕਿ ਹੁਣ ਮੈਂ ਸਬਜ਼ੀ ਵਗੈਰਾ ਜੋ ਵੀ ਕੁਛ ਅੱਜ ਬਣਾਉਣਾ ਹੈ ਮੈਨੂੰ ਸਾਫ਼ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ, ਕਿ ਜਿੱਦਾਂ ਸਵੇਰੇ ਨਾਸ਼ਤਾ ਕੀਤਾ ਤਾਂ ਚੁੱਲ੍ਹਾ ਚੰਗੀ ਤਰ੍ਹਾਂ ਸਾਫ਼ ਹੋਣਾ ਚਾਹੀਦਾ, ਤਦੇ ਸਬਜ਼ੀ ਵਗੈਰਾ ਬਣਾਉਣ ਦਾ ਫਿਰ ਮਜ਼ਾ ਆਉਂਦਾ। ਥੋੜ੍ਹਾ ਬਹੁਤਾ ਖਲਾਰਾ ਪਿਆ ਵੀ ਮੇਰੇ ਕੋਲ ਕੰਮ ਨਹੀਂ ਹੁੰਦਾ, ਕਿਚਨ ਸਾਫ਼ ਹੋਵੇ ਨਾ ਜਿੰਨਾ ਮਰਜ਼ੀ ਕੰਮ ਕਰ ਲਓ ਮੇਰੇ ਕੋਲ ਕਿਚਨ ਦਾ, ਜੇ ਕਿਚਨ ਗੰਦੀ ਹੋਵੇ ਨਾ ਫਿਰ ਵੀ ਮੇਰੇ ਕੋਲ ਹੁੰਦਾ ਕੰਮ। ਬਸ ਅੱਜ ਦੇਖ ਕੇ ਕੀ ਬਣਾਉਣਾ ਕੀ ਖਾਣਾ,
ਤੋਂ ਜ਼ਿਆਦਾ ਮਸਤ ਸਵੇਰੇ ਨਾਸ਼ਤੇ ਦਾ ਹੁੰਦਾ ਹੈ ਕਿ ਜਦੋਂ ਨਾਸ਼ਤਾ ਵਗੈਰਾ ਸਵੇਰੇ ਹੋ ਜਾਵੇ ਇੱਕ ਨਾ ਫਿਰ ਬਾਅਦ ਵਿੱਚ ਤਾਂ ਬੰਦਾ ਆਰਾਮ ਨਾਲ ਲੱਗਾ ਰਹਿੰਦਾ इन्ना कम हो गया मेरा जेड़ा इंडियन स्टोर तो लैके आई थी वधिया रहा मगर मैनू इधर भी ज़्यादा आदत पै गई है ना कि मैं अभी यूज करती रहनी हूँ बिच्चे अभी यूज करती रहनी मैगी तो बिल्कुल ही लाइक नहीं करती मैं ठीक है वधिया चेंज होता रहता वधिया ਸਾਨੂੰ ਥੋੜ੍ਹੀ ਦੇਰ ਤੱਕ ਚੀਕਨ ਨੂੰ ਬਾਹਰ ਲੈ ਕੇ ਚਲੇ ਜਾਂਦਾ ਅਤੇ ਹੁਣ ਦੇਖ ਲਈਆਂ ਚੀਕ ਲੈਂਦੇ ਹਾਂ ਹੋਈ ਮੇਰੀ ਵੀਡੀਓ ਕਿੰਨੀ ਜ਼ਿਆਦਾ ਲੰਬੀ ਹੋ ਗਈ ਹੈ ਮੈਂ ਬਣਾਉਣ ਲੱਗੀ ਹਾਂ ਬੈਂਗਨ ਭਰਮਾ ਬੈਂਗਨ ਬਸ ਆਇਲ ਪਾਉਣਾ ਹੈ ਅਤੇ ਪਤਾ ਕੀ ਪੈਨ ਥੋੜ੍ਹੀ ਜਿਹਾ ਗਿੱਲਾ ਸੀ थोड़ा ड्राई हो जाए फिर मैं ये ऑयल पाऊंगी जिस मर्जी ऑयल च बना लो टेस्टी बनते बैंगन यमी यमी बनते यमी यमी छोटे छोटे बड़े टेस्टी होंगे बैंगन रख देते मैं बनने वास्ते मसालेदार बैंगन बहुत जल्दी बन जाते हैं पाँच दस मिनट बन जाए बैंगन मेरे तैयार है परमा बैंगन ते इधर मैं दाल बना रही हूँ मैं लगा रही हूँ दाल नू तड़का अज मैं बना रही हूँ अरहर की दाल बड़ी टेस्टी होंगी है राइस के नाल खाओ चाहे रोटी नाल खाओ बहुत ही ज़्यादा टेस्टी है अरहर की दाल अरहर की दाल मेरी रेडी है ये वो ही दाल है जिहड़ी कि सांबर में यूज होंदी है सांबर बनाने ना इहदा ये वो दाल है बहुत टेस्टी दाल होंदी बहुत ज़्यादा टेस्टी होंदी है बस हुण इहदे विच मैं धनिया पाउणा दाल मेरी तैयार है नाले दे राइस तो चलिए फिर आज के ब्लॉग का हम यहीं पे एंड करते हैं और मिलते हैं आपको कल कल नहीं तो परसों परसों नहीं तो नरसों आज का ब्लॉग आपको कैसा लगा मेरे को कमेंट सेक्शन में ज़रूर बताना मेरी वीडियो को लाइक ज़रूर करना शेयर ज़रूर करना और सब्सक्राइब करना नहीं भूलना ओके बाय बाय सी यू चिकू बैठा मेरे कोल ओके बाय बाय